ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਦੇਖਦੇ ਹੋ ਦਾ ਪੰਜਾਬ ਲੈ ਇੱਕ ਵਾਰ ਇੱਕ ਬੀਬੀ ਇੱਕ ਸੰਤ ਜੀ ਕੋਲ ਬੜਾ ਰੋਂਦੀ ਰੋਂਦੀ ਜਾਂਦੀ ਸੰਤ ਜੀ ਪੁੱਛਦੇ ਬੀਬਾ ਕਿਉਂ ਰੋ ਰਹੀ ਹੈ ਤਾਗੋ ਕੇ ਹਾਂ ਕਿ ਮੇਰਾ ਪਤੀ ਮੈਨੂੰ ਪਿਆਰ ਨਹੀਂ ਕਰਦਾ ਉਹ ਹਮੇਸ਼ਾ ਕਿਸੇ ਕਾਰਨ ਮੇਰੇ ਨਾਲ ਲੜਦਾ ਹੀ ਰਹਿੰਦਾ ਤੁਸੀਂ ਮੈਨੂੰ ਕੋਈ ਐਸੀ ਜੜੀ ਬੂਟੀ ਦੇ ਦਿਓ ਜਿਸ ਦੇ ਨਾਲ ਉਹ ਮੇਰੇ ਵੱਸ ਵਿੱਚ ਆ ਜਾਏ ਸੰਤ ਜੀ ਹਲਕਾ ਜਿਹਾ ਜਮਜ਼ਗੁਰਾ ਫਿਰ ਕਹਿਣ ਲੱਗੇ ਉਹ ਜੜੀ ਬੂਟੀ ਬਣਾਉਣ ਲਈ ਮੈਨੂੰ ਇੱਕ ਚੀਜ਼ ਚਾਹੀਦੀ ਤੂੰ ਉਹ ਚੀਜ਼ ਲਿਆ ਦੇ ਤੇ ਤੇਰਾ ਪਤੀ ਤੇਰੇ ਵਾਸ ਵਿੱਚ ਹੋ ਜਾਏਗਾ ਕਹਿੰਦੀ ਦੱਸੋ ਸੰਤ ਜੀ ਮੈਂ ਤੁਹਾਨੂੰ ਉਹ ਚੀਜ਼ ਲਿਆ ਕੇ ਦੇ ਦੇਣੀ ਸੰਤ ਜੀ ਕਹਿੰਦੇ ਤੂੰ ਮੈਨੂੰ ਸ਼ੇਰ ਦੀ ਮੁੱਛ ਦਾ ਇੱਕ ਵਾਲ ਲੈ ਆ ਕੇ ਦੇ ਦੇ ਜਿਸ ਦਿਨ ਤੂੰ ਉਹ ਲਿਆ ਦਿੱਤਾ ਉਸ ਦਿਨ ਤੋਂ ਮੈਂ ਉਹ ਜੜੀਏ ਅਗਲੇ ਦਿਨੀ ਤੈਨੂੰ ਜੜੀ ਬੂਟੀ ਬਣਾ ਕੇ ਦੇ ਦਾਂਗਾ ਤੇ ਤੇਰਾ ਘਰ ਵਾਲਾ ਤੇਰੇ ਵਸ ਵਿੱਚ ਹੋ ਜਾਏਗਾ ਕਹਿੰਦੀ ਠੀਕ ਹੈ ਸੰਤ ਜੀ ਹੁਣ ਮੈਂ ਸ਼ੇਰ ਦੀ ਮੁੱਛ ਦਾ ਵਾਲ ਹੀ ਲੈ ਕੇ ਆਉਂਗੀ ਤੇ ਤੁਸੀਂ ਮੈਨੂੰ ਜੜੀ ਬੂਟੀ ਬਣਾ ਦਿਓ ਜੀ ਖੁਸ਼ੀ ਖੁਸ਼ੀ ਘਰ ਚਲੀ ਜਾਂਦੀ ਆਸੇ ਪਾਸੇ بڑا ਸ਼ੇਰ ਨੂੰ ਲੱਭਦੀ ਇੱਕ ਨਹਿਰ ਦੇ ਕੰਢੇ ਇੱਕ ਜਿਹੜਾ ਸ਼ੇਰ ਬੈਠਾ ਹੁੰਦਾ ਉਦੇ ਕੋਲ ਜਾਣ ਦੀ ਕੋਸ਼ਿਸ਼ ਕਰਦੀ ਐਨੇ ਨੂੰ ਸ਼ੇਰ ਨੂੰ ਪਤਾ ਲੱਗ ਜਾਂਦਾ ਸ਼ੇਰ ਬੜੀ ਜ਼ੋਰ ਕੀ ਗਰਜਦਾ ਉਹ ਡਰ ਕੇ ਭੱਜ ਜਾਂਦੀ ਅਗਲੇ ਦਿਨ ਫੇਰ ਜਾਂਦੀ ਹੁਣ ਥੋੜੀ ਅੱਗੇ ਜਾਂਦੀ ਸ਼ੇਰ ਫੇਰ ਗਰਜਦਾ ਫੇਰ ਭੱਜ ਜਾਂਦੀ ਇਹ ਸਿਲਸਿਲਾ ਲਗਭਗ 1 ਮਹੀਨਾ ਚੱਲਦਾ ਰਹਿੰਦਾ ਹੁਣ ਉਹ ਸ਼ੇਰ ਵੀ ਉਹਦਾ ਆਦੀ ਹੋ ਗਿਆ ਸੀ ਬੇਰੋਜ ਇੱਥੇ ਆਉਂਦੀ ਪਰ ਮੈਨੂੰ ਨੁਕਸਾਨ ਨਹੀਂ ਪਹੁੰਚਾਉਂਦੀ ਇੱਕ ਦਿਨ ਥੋੜੀ ਜਿਹੀ ਅਗਾ ਗਈ ਤੇ ਨਾਲ ਹੀ ਉਹਦੇ ਖਾਣ ਲਈ ਇੱਕ ਚੀਜ਼ ਲੈ ਕੇ ਚਲੇਗੀ ਉਹਨੇ ਰੋਜ਼ ਜਾ ਕੇਨ ਸ਼ੇਰ ਨੂੰ ਖਾਣ ਲਈ ਚੀਜ਼ ਤਿਆਰ ਕਰਨੀ ਕਦੀ ਉਹਦੇ ਉੱਤੇ ਹੱਥ ਫੇਰਿਆ ਕਰਨ ਐਵੇਂ ਇਹ ਸਿਲਸਿਲਾ ਚੱਲਦਾ ਰਿਹਾ ਹੁਣ ਉਹਨੇ ਉਹਦੇ ਉੱਤੇ ਹੱਥ ਫੇਰਨਾ ਸ਼ੇਰ ਦੇ ਕੋਲ ਕਿੰਨਾ ਸਮਾਂ ਬੈਠ ਕੇ ਆਉਣਾ ਕਰਨ ਇੱਕ ਦਿਨ ਮੌਕਾ ਜਿਹਾ ਪਾ ਕੇ ਉਹਨੇ ਸ਼ੇਰ ਦੀ ਮੋਚਦਾ ਵਾਲ ਪੋਟਲੇ ਉਹ ਅੰਦਰੋਂ ਹੀ ਅੰਦਰੇ ਬੜੀ ਖੁਸ਼ ਕਿਉਂ ਜੜੀ ਬੁਟੀ ਮਿਲ ਜਾਣੀ ਹੈ ਤੇ ਇਹਦੇ ਨਾਲ ਮੇਰਾ ਘਰ ਵਾਲਾ ਮੇਰੇ ਵੱਸ ਵਿੱਚ ਹੋ ਜਾਣਾ ਅਗਲੇ ਦਿਨ ਉਹ ਸ਼ੇਰ ਦਾ ਵਾਲ ਲੈ ਕੇ ਤੇ ਸੰਤ ਜੀ ਦੇ ਕੋਲ ਚਲੀ ਜਾਂਦੀ ਕੀਂਦੀ ਸੰਤਜੀ ਆ ਲੋ ਚੇਰ ਦੀ ਮੋਚਦਾ ਵਾਲ ਤੇ ਮੈਨੂੰ ਉਹ ਜੜੀ ਬੂਟੀ ਬਣਾ ਦੋ ਸੰਤਜੀ ਨੇ ਉਹ ਵਾਲ ਫੜਿਆ ਤੇ ਅੱਗੇ ਅੱਗ ਬਲਦੀ ਪਈ ਸੀ ਉਹਦੇ ਵਿੱਚ ਸੱਠ ਦਿੱਤਾ ਇੱਕ ਸੈਕਿੰਡ ਵਿੱਚ ਹੀ ਉਹ ਵਾਲ ਸੜ ਕੇ ਤੇ ਸੁਆਹ ਹੋ ਗਿਆ ਉਹ ਬੀਬੀ ਕੇਂਦੀ ਸੰਤਜੀ ਇਹਦੇ ਲਈ ਲਗਭਗ ਮੈਨੂੰ 4 ਮਹੀਨੇ ਦਾ ਸਮਾਂ ਲੱਗਾ ਤੇ ਤੁਸੀਂ ਇੱਕ ਪਲ ਦੇ ਵਿੱਚ ਹੀ ਉਹਨੂੰ ਸਾੜ ਕੇ ਤੇ ਸੁਆਹ ਕਰ ਦਿੱਤਾ ਤੁਸੀਂ ਹੁਣ ਜੜੀ ਬੂਟੀ ਕਿਵੇਂ ਬਣਾ ਕੇ ਦੇਵੋਗੇ ਸਤ ਜੀ ਸੰਤ ਜੀ ਅੱਗੋਂ ਹੱਸਣ ਲੱਗੇ ਸੰਤ ਜੀ ਕਹਿੰਦੇ ਜੇਕਰ ਤੂੰ ਪਿਆਰ ਤੇ ਵਿਸ਼ਵਾਸ ਦੇ ਨਾਲ ਬੜੇ ਹੌਸਲਾ ਬਣਾ ਕੇ ਤੇ ਉਹਨੂੰ ਸ਼ੇਰ ਨੂੰ ਆਪਣੇ ਕਾਬੂ ਵਿੱਚ ਕਰ ਸਕਦੀ ਤਾਂ ਫਿਰ ਦੱਸ ਮਨੁੱਖ ਕਿਹੜੀ ਖੇਤ ਦੀ ਮੂਲੀ ਤੂੰ ਉਹੀ ਧਰੇ ਨਾਲ ਉਹੀ ਪ੍ਰੇਮ ਨਾਲ ਆਪਣੇ ਘਰ ਵਾਲੇ ਨੂੰ ਵੀ ਆਪਣੇ ਵਸ ਵਿੱਚ ਕਰ ਸਕਦੀ ਫਿਰ ਤੇਰੇ ਇਹ ਦੁਨੀਆ ਤੇਰੇ ਪ੍ਰੇਮ ਦਾ ਗੁਣਗਾਨ ਕਰੇਗੀ ਜਿਵੇਂ ਤੂੰ ਉਥੇ ਹਿੰਮਤ ਬਣਾ ਕੇ ਰੱਖੀ ਹੌਸਲਾ ਬਣਾ ਕੇ ਰੱਖਿਆ ਤੇ ਪ੍ਰੇਮ ਵਿਖਾਇਆ ਉਨਾ ਕੋਈ ਹਿੰਮਤ ਹੌਸਲਾ ਤੇ ਪ੍ਰੇਮ ਇਹ ਤਿੰਨ ਚੀਜ਼ਾਂ ਆਪਣੇ ਘਰ ਵਾਲੇ ਦੇ ਨਾਲ ਕਰ ਨਿਮਰਤਾ ਰੱਖ ਤੇਰਾ ਘਰ ਵਾਲਾ ਵੀ ਤੇਰੇ ਪਿੱਛੇ ਪਿੱਛੇ ਫਿਰੇਗਾ ਕਿ ਹਾਂ ਇੱਕ ਗੱਲ ਯਾਦ ਰ ਜੋ ਮੈਂ ਤੇਨੂੰ ਦੱਸਣ ਜਾ ਰਿਆਂ ਇਹ ਗੱਲਾਂ ਆਪਣੇ ਚੁੰਨੀ ਦੇ ਪੱਲੇ ਨਾਲ ਤੂੰ ਗੰਡਾ ਮਾਰ ਲੈ ਤੇ ਇਹੀ ਗੱਲਾਂ ਤੇਰੇ ਪਤੀ ਨੂੰ ਤੇਰੇ ਵਾਸ ਵਿੱਚ ਕਰ ਦੇਣਗੇ ਕਿ ਹਾਂ ਕਦੇ ਵੀ ਪਿਆਰ ਵਿੱਚ ਹਉਮੈ ਤੇ ਹੰਕਾਰ ਦੀ ਥਾਂ ਨਹੀਂ ਹੁੰਦੀ ਇਸ ਨਾਲ ਰਿਸ਼ਤਿਆਂ ਵਿੱਚ ਖਟਾਸ ਆ ਜਾਂਦੀ ਤੇ ਇੱਕ ਦਿਨ ਉਹ ਰਿਸ਼ਤੇ ਨਾਸ ਹੋ ਜਾਂਦੇ ਰਿਸ਼ਤਿਆਂ ਵਿੱਚ ਨਿਮਰਤਾ ਦਾ ਹੋਣਾ ਬਹੁਤ ਜ਼ਰੂਰੀ ਤੂੰ ਨਿਮਰਤਾ ਦਾ ਗੁਣ ਧਾਰ ਤੇਰਾ ਰਿਸ਼ਤਾ ਆਪੇ ਮਜ਼ਬੂਤ ਹੋ ਜਾਵੇਗਾ ਤੈਨੂੰ ਫਿਰ ਕਿਸੇ ਜੜੀ ਬੂਟੀ ਦੀ ਜ਼ਰੂਰਤ ਨਹੀਂ ਪੈਣੀ ਅਗਲੀ ਗੱਲ ਇਹ ਜਿਸ પતિ ਪਤਨੀ ਦੇ ਰਿਸ਼ਤੇ ਵਿੱਚ ਵਿਸ਼ਵਾਸ ਹੁੰਦਾ ਜੇਕਰ ਲੱਖ ਚੁਣੌਤੀਆਂ ਵੀ ਆ ਜਾਣ ਤਾਂ ਇੱਕ ਦਿਨ ਕਾਮਯਾਬੀ ਲਾਜ਼ਮੀ ਹੀ ਮਿਲਦੀ ਤੇ ਹਮੇਸ਼ਾ ਦੋਵਾਂ ਵਿੱਚ ਪ੍ਰੇਮ ਬਣਿਆ ਰਹਿੰਦਾ ਤੂੰ ਸੀ ਆਪਣੇ ਵਿੱਚ ਵਿਸ਼ਵਾਸ ਪੈਦਾ ਕਰੋ ਬਾਕੀ ਫਿਰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਤੀਸਰੀ ਗੱਲ ਯਾਦ ਰੱਖ ਪਿਆਰ ਪ੍ਰੇਮ ਨੂੰ ਹਮੇਸ਼ਾ ਸਾਦਗੀ ਦਾ ਰੂਪ ਮੰਨਿਆ ਜਾਂਦਾ ਹੈ ਕਿਸੇ ਵੀ ਰਿਸ਼ਤੇ ਵਿੱਚ ਦਿਖਾਵੇ ਤੇ ਸਵਾਰਥ ਤੋਂ ਹਮੇਸ਼ਾ ਬਚਣਾ ਚਾਹੀਦਾ ਹੈ ਨਿਰਸਵਾਰਥ ਦਾ ਹੋਣਾ ਰਿਸ਼ਤਿਆਂ ਵਿੱਚ ਬਹੁਤ ਜ਼ਰੂਰੀ ਤਾਂ ਹੀ ਰਿਸ਼ਤੇ ਲੰਬੇ ਚੱਲਦੇ ਨੇ ਤੇ ਪ੍ਰੇਮ ਨਾਲ ਭਰੇ ਰਹਿੰਦੇ ਨੇ ਤੂੰ ਆਪਣੇ ਰਿਸ਼ਤੇ ਦੇ ਵਿੱਚ ਸਾਦਗੀ ਦਾ ਰੂਪ ਲੈ ਆਂ ਦਿਖਾਵਾ ਤੇ ਸਵਾਰਥ ਨੂੰ ਅੱਜ ਤੋਂ ਇਤਿਆਗ ਦੇ ਚੌਥੀ ਗੱਲ ਕਿਸੇ ਵੀ ਰਿਸ਼ਤੇ ਵਿੱਚ ਆਜ਼ਾਦੀ ਦਾ ਹੋਣਾ ਬਹੁਤ ਜ਼ਰੂਰੀ ਹੈ ਜੇ ਇਸ ਰਿਸ਼ਤੇ ਵਿੱਚ ਆਜ਼ਾਦੀ ਨਹੀਂ ਹੁੰਦੀ ਉਹ ਕਦੇ ਵੀ ਲੰਬੇ ਸਮੇਂ ਤੱਕ ਨਹੀਂ ਚੱਲਦੇ ਉਹ ਟੁੱਟਣ ਦੇ ਕਗਾਰ ਤੇ ਹਮੇਸ਼ਾ ਖੜੇ ਰਹਿੰਦੇ ਨੇ ਜੇਕਰ ਆਪਾਂ ਇੱਕ ਦੂਜੇ ਨੂੰ ਆਪਣੇ ਵਸ ਵਿੱਚ ਕਰਨਾ ਚਾਹਾਂਗੇ ਨਾ ਤਾਂ ਹਮੇਸ਼ਾ ਹੀ ਆਪਾਂ ਇੱਕ ਦੂਜੇ ਤੋਂ ਦੂਰ ਹੁੰਦੇ ਜਾਵਾਂਗੇ ਇੱਕ ਦੂਜੇ ਨੂੰ ਆਜ਼ਾਦੀ ਦਿਵੋ ਤੇ ਇੱਕ ਦੂਜੇ ਤੇ ਵਿਸ਼ਵਾਸ ਰੱਖੋ ਅਗਲੀ ਗੱਲ ਕਹੀ ਵੀ ਕਦੇ ਵੀ ਦੂਜੇ ਮਨੁੱਖ ਦੇ ਆਤਮ ਸਨਮਾਨ ਨੂੰ ਠੇਸ ਨਹੀਂ ਪਹੁੰਚਾਉਣੀ ਚਾਹੀਦੀ ਜਿੱਥੇ ਇੱਕ ਦੂਜੇ ਪ੍ਰਤੀ ਆਦਰ ਸਨਮਾਨ ਫਿਰ ਘਟਣ ਲੱਗ ਜਾਂਦਾ ਹੈ ਤੇ ਰਿਸ਼ਤੇ ਵੀ ਕਮਜ਼ੋਰ ਹੋਣ ਲੱਗਦੇ ਨੇ ਇੱਕ ਦੂਜੇ ਦੇ ਆਤਮ ਸਨਮਾਨ ਦੀ ਹਮੇਸ਼ਾ ਰੱਖਿਆ ਕਰੋ ਜਿੱਥੇ ਐਵੇਂ ਨਾ ਇੱਕ ਦੂਜੇ ਨੂੰ ਨੀਚਾ ਵਿਖਾਇਆ ਜਾਂਦਾ ਹੈ ਉੱਥੇ ਫਿਰ ਦਿਲ ਆਪੇ ਹੀ ਦੂਰ ਹੋ ਜਾਂਦੇ ਨੇ ਇਸ ਗੱਲ ਦਾ ਤੋਂ ਖਾਸ ਕਰਕੇ ਖਿਆਲ ਰੱਖੀ 6ਵੀਂ ਗੱਲ ਕਹੀ ਕਿ ਐਵੇਂ ਦਾ ਪਤੀ ਪਤਨੀ ਜੋ ਹਮੇਸ਼ਾ ਗੁੱਸੇ ਵਿੱਚ ਰਹਿੰਦੇ ਨੇ ਮਾੜੇ ਸ਼ਬਦ ਮੋਹ ਬੋਲਦੇ ਨੇ ਇਸ ਕਾਰਨ ਪਰਿਵਾਰ ਦਾ ਮਾਹੌਲ ਵੀ ਹਮੇਸ਼ਾ ਵਿਗੜਿਆ ਹੀ ਰਹਿੰਦਾ ਹੈ ਇਸ ਲਈ ਹਮੇਸ਼ਾ ਗੁੱਸੇ ਵਰਗੀ ਸ਼ੈ ਤੇ ਕਾਬੂ ਰੱਖੋ ਜੇ ਦੋਹਾਂ ਵਿੱਚੋਂ ਇੱਕ ਜਣਾ ਵੀ ਗੁੱਸਾ ਕਰਦਾ ਤਾਂ ਉਸ ਸਮੇਂ ਇੱਕ ਜਣਾ ਮੌਨ ਧਾਰ ਲਵੋ ਇਹ ਮੌਨ ਹੀ ਤੁਹਾਡੇ ਰਿਸ਼ਤੇ ਨੂੰ ਵੀ ਬਚਾਏਗਾ ਤੇ ਜਦੋਂ ਅਗਲਾ ਦਾ ਗੁੱਸਾ ਠੰਡਾ ਹੋ ਗਿਆ ਤੇ ਆਪੇ ਤੁਹਾਡੇ ਕੋਲ ਮਾਫੀ ਵੀ ਮੰਗੇਗਾ ਇਹ ਮੌਨ ਹੀ ਤੁਹਾਡੇ ਰਿਸ਼ਤੇ ਨੂੰ ਲੰਬਾ ਲੈ ਕੇ ਜਾਵੇਗਾ ਤੇ ਪਿਆਰ ਤੇ ਸਨੇਹ ਵੀ ਪ੍ਰਗਟ ਕਰੇਗਾ ਫਿਰ ਅਗਲੀ ਗੱਲ ਕੀ ਕਿ ਪਤੀ ਤੇ ਪਤਨੀ ਦੀਆਂ ਆਪਸ ਦੀਆਂ ਗੱਲਾਂ ਕਿਸੇ ਤੀਸਰੇ ਮਨੁੱਖ ਨੂੰ ਪਤਾ ਨਾ ਲੱਗੇ ਜੇਕਰ ਤੀਸਰੇ ਕੋਲ ਜਾਂਦੀਆਂ ਨੇ ਤਾਂ ਹਮੇਸ਼ਾ ਰਿਸ਼ਤੇ ਵਿੱਚ ਦਰਾਰ ਆਉਣੀ ਲਾਜ਼ਮੀ ਇਸ ਲਈ ਇੱਕ ਦੂਜੇ ਦੀਆਂ ਚੰਗੀਆਂ ਗੱਲਾਂ ਦੀ ਤਾਂ ਹਮੇਸ਼ਾ ਖੁੱਲੇ ਵਿੱਚ ਚਰਚਾ ਕਰੋ ਗੁਪਤ ਗੱਲਾਂ ਦੀ ਚਰਚਾ ਕਦੇ ਨਾ ਕਰੋ ਚੰਗੇ ਗੁਣਾਂ ਦੀ ਚਰਚਾ ਹਮੇਸ਼ਾ ਤੁਹਾਡਾ ਰਿਸ਼ਤਾ ਮਜ਼ਬੂਤ ਕਰੇਗੀ ਅਗਲੀ ਗੱਲ ਕੀ ਇੱਕ ਦੂਜੇ ਦੀਆਂ ਗਲਤੀਆਂ ਕਦੇ ਵੀ ਜਨਗ ਸਾਹਮਣੇ ਜ਼ਾਹਿਰ ਨਾ ਕਰੋ ਜੇਕਰ ਗਲਤੀ ਹੈ ਤਾਂ ਇਕਾਂਤ ਵਿੱਚ ਆ ਕੇ ਉਹਨੂੰ ਸਮਝਾਓ ਤੇ ਇਹ ਹੀ ਤੁਹਾਡਾ ਗੁਣ ਉਹਦਾ ਦਿਲ ਮੋਲਿਕ ਇੱਕੋ ਜਿਹੀ ਗੱਲਾਂ ਤੂੰ ਆਪਣੇ ਚੁੰਨੀ ਦੇ ਪੱਲੇ ਦੇ ਨਾਲ ਗੰਡ ਮਾਰ ਲੈ ਤੇ ਇਹੀ ਤੇਰੇ ਰਿਸ਼ਤੇ ਨੂੰ ਐਨਾ ਮਜ਼ਬੂਤ ਕਰ ਦਣਗੇ ਕਿ ਤੈਨੂੰ ਫਿਰ ਕਿਸੇ ਵੀ ਜੜੀ ਬੂਟੀ ਦੀ ਜ਼ਰੂਰਤ ਨਹੀਂ ਪੈਣੀ ਇਸ ਲਈ ਜੋ ਤੂੰ ਉਹ ਸ਼ੇਰ ਨੂੰ ਕਾਬੂ ਕਰਨ ਲਈ 4 ਮਹੀਨੇ ਲਗਾਏ ਨੇ ਨਾ ਤੇ ਪ੍ਰੇਮ ਵਿਸ਼ਵਾਸ ਤੈਰਿਆ ਬਣਾ ਕੇ ਰੱਖਿਆ ਹੌਸਲਾ ਬਣਾ ਕੇ ਰੱਖਿਆ ਤੇ ਉਹਨੇ ਤੈਨੂੰ ਇੰਨੇ ਪ੍ਰੇਮ ਸਹਿਤ ਆਪਣੇ ਮੋਚ ਦਾ ਵਾਲ ਵੀ ਦੇ ਦਿੱਤਾ ਵੀ ਉਹਨੂੰ ਪਤਾ ਵੀ ਨਹੀਂ ਲੱਗਾ ਤੋ ਉਹਦੇ ਹੱਥ ਫੇਰਦੀ ਰੀ ਤੇ ਰਾਮ ਨਾਲ ਤੋਂ ਉਹਦੇ ਮੁੱਛ ਤਾਂ ਵਾਹ ਲਿਆਈ ਤੇ ਐਨਾ ਹੀ ਪਿਆਰ ਨਿਮਰਤਾ ਮਿਠਾਸ ਤੂੰ ਆਪਣੇ ਘਰ ਵਾਲੇ ਲਈ ਰੱਖੇਂਗੀ ਨਾ ਤੇ ਕੁਝ ਦਿਨਾਂ ਵਿੱਚ ਉਹ ਵੀ ਤੇਰੇ ਵਾਸ ਵਿੱਚ ਹੋਏਗਾ ਇਹਦੇ ਲਈ ਤੈਨੂੰ ਕੋਈ ਸੰਜੀਵਨੀ ਬੂਟੀ ਨਾ ਆਪ ਖਾਣ ਦੀ ਲੋੜ ਐ ਤੇ ਨਾ ਹੀ ਉਹਨੂੰ ਖਵਾਣ ਦੀ ਲੋੜ ਐ ਬਸ ਆ ਗੱਲਾਂ ਹਮੇਸ਼ਾ ਆਪਣੇ ਪੱਲੇ ਬੰਨ ਕੇ ਰੱਖ ਆਪਣੇ ਧੀ ਤੇ ਪੁੱਤ ਨੂੰ ਵੀ ਇਹੀ ਗੱਲਾਂ ਦੇ ਗੁਣ ਦੇ ਦੇਖੀ ਤੇਰੀ ਗ੍ਰਸਤੀ ਵੀ ਆਬਾਦ ਰਹੇਗੀ ਪਿਆਰ ਨਾਲ ਚੱਲੇਗੀ ਤੇ ਉਹਨਾਂ ਦੀ ਗ੍ਰਸਤੀ ਵੀ ਆਉਣ ਵਾਲੀ ਪਿਆਰ ਨਾਲ ਤੇ ਸਨੇਹ ਨਾਲ ਚੱਲੇਗੀ ਇਹ ਹੀ ਗੱਲਾਂ ਤੇਰੀ ਆਉਣ ਵਾਲੀਆਂ ਪੁਸ਼ਤਾਂ ਦੀ نسل ਸੁਧਾਰ ਦੇਣਗੇ ਤੇਰੇ ਘਰ ਕਦੀ ਕਲੇਸ਼ ਨਹੀਂ ਹੋਵੇਗਾ ਹਮੇਸ਼ਾ ਪਿਆਰ ਸਨੇਹ ਮੁਹੱਬਤ ਆਈ ਹਰ ਪਾਸੇ ਚਰਚਾ ਹੋਣਗੇ ਜਾ ਤੇ ਇਹ ਹੀ ਬੂਟੀ ਨੂੰ ਖੋਲ ਕੇ ਆਪੀ ਤੇ ਆਪਣੇ ਘਰ ਵਾਲੇ ਨੂੰ ਪਿਲਾ